ਭਾਬੀ ਨਾ ਆਪਣੀ ਵਾਈਫ ਨੂੰ ਕਹਿੰਦਾ ਭਲੀਏ ਲੋਕੇ ਕਰੇਲੇ ਪਕਾ ਅੱਜ ਕਰੇਲੇ ਖਾਣ ਨੂੰ ਦਿਲ ਕਰਦਾ ਬੁੱਤ ਕਰੇਲੇ ਭਾਗਾ ਨੂੰ ਵੇਖ ਕੇ ਕਹਿੰਦੀ ਸਰਤਾਜ ਭਾਗਾ ਕਰਨੀ ਕਰਦਾ ਨਲਕੀ ਲੈ ਆਓ ਬਾਜ਼ਾਰੋਂ ਤੇ ਨਾਲ ਕਰੇਲਾ ਲੈ ਗਿਆ ਕਹਿੰਦਾ ਨਾਲ ਤੂੰ ਨਲਕੀ ਦੇ ਦੇ ਲਾਹੌਰੋਂ ਜੇਲਮ ਜਾ ਰਿਹਾ ਗੱਡੀ ਨਾਲ ਵੀ ਦੋਸਤ ਬੈਠੀ ਕੁੜੀ ਗਰਲਫ੍ਰੈਂਡ ਬਾਪੀ ਨਾਲ ਲੋਕਾਂ ਨੂੰ ਖਵਾ ਕੇ ਖੁਸ਼ ਹੁੰਦਾ ਬੜਾ ਚੰਗੇ ਦਿਲ ਦਾ ਬੜੇ ਚੰਗੇ ਦਿਲ ਇਹਨਾਂ ਮੇਰੀ ਦਾਵਤ ਕੀਤੀ ਇਹਨਾਂ ਪਕਾਈ ਮੱਛੀ ਅੱਛਾ ਯਕੀਨ ਕਰ ਮੇਰੇ ਅੱਗੇ ਸਾਲਣ ਆਇਆ ਐਡੀ ਇੱਕ ਬੋਟੀ ਤੇ ਛੋਰਾ ਹੀ ਛੋਰਾ ਤੇ ਕਹੀ ਗਾ ਖਾਓ ਖਾਓ ਬੜੀ ਦੂਰੋਂ ਫੜ ਕੇ ਲਾਇਆ ਮੱਛੀ ਖਾਓ ਖਾਓ ਬੜੀ ਦੂਰੋਂ ਫੜ ਕੇ ਲਾਇਆ ਮੱਛੀ ਮੈਂ ਕਿਹਾ ਤੁਹਾਡਾ ਹੀ ਹੌਂਸਲਾ ਐਡੀ ਦੂਰੋਂ ਫੜ ਆਇਓ ਮੇਰੇ ਕੋਲ ਤੇ ਇੱਥੋਂ ਹੀ ਫੜ ਜਾ ਜੀ ਚਾਂਦ ਬਾਬੂ ਯਾਰ ਚਾਂਦ ਬਾਬੂ ਹੈ ਤੇ ਤੁਸੀਂ ਤਾਂ ਕੁੜੀ ਲੈਣ ਗਏ ਸੋ 350 ਰੁਪਇਆ ਦਿੱਤਾ ਤੁਸੀਂ ਅੱਡੇ ਵੀ ਗਿਆ ਅੱਡੇ ਉੱਥੇ ਮਜ਼ਦੂਰ ਵੀ ਕੋਈ 700 ਤੋਂ ਘੱਟ ਨਹੀਂ ਆਇਆ ਐ ਦੋਲੇ ਨੇ ਜੀ ਜ਼ਰਾ ਉੱਠ ਕੇ ਬਹੋ ਨਾ ਨਾ ਠਾਓ ਬੜਾ ਖਲਾਰਾ ਪੈਣਾ ਨਹੀਂ ਨਹੀਂ ਜ਼ਰਾ ਉੱਠ ਕੇ ਤਾਂ ਬਾਤੂ ਲੈਣ ਸਵਾਲ ਜ਼ਰੂਰੀ ਨੇ ਉੱਠ ਕੇ ਬਹੋ ਉੱਠੋ ਨਾ ਸਹੇਲੀਆਂ ਨਹੀਂ ਮੰਨਦਾ ਰਹਿਣ ਦਿਓ ਤੁਹਾਨੂੰ ਸ਼ਹਿਰ ਚ ਜਿਹੜੀਆਂ ਸੋਹਣੀਆਂ ਕੁੜੀਆਂ ਮੈਂ ਤੇ ਪਿੰਡ ਕੁੜੀ ਨੂੰ ਕਿਹਾ ਮੈਂ ਕਿਹਾ ਮੈਂ ਤੇਰੇ ਨਾਲ ਪਿਆਰ ਕਰਨਾ ਅੱਛਾ ਆਂਦੀ ਤੂੰ ਵੀ ਪਿਆਰ ਕਰਨ ਲੱਗ ਪਿਆ ਤੇ ਵਾਢੀਆਂ ਤੇਰਾ ਪਿਓ ਕਰੇਗਾ ਮੁਗਲ ਮੇਰੀ ਵਾਲਦਾ ਜੀ ਜੀ ਉਹ ਕਹਿੰਦੇ ਨੇ ਅਮਾਨਤ ਚੰਨ ਬੜਾ ਮਸ਼ਹੂਰ ਆਦਮੀ ਹੈ ਜੀ ਜੀ ਮੈਂ ਉਹਦੀ ਦਾਵਤ ਕਰਨੀ ਹੈ ਅੱਛਾ ਉਹਨੂੰ ਘਰ ਬੁਲਾਓ ਫੇਰ ਮੈਂ ਅਮਾਨਤ ਚੰਨ ਸਾਨੂੰ ਘਰ ਬੁਲਾ ਅੱਛਾ ਮਾਨਤ ਚੰਨ ਸਾਹਿਬ ਆ ਕੇ ਬੈਠੇ ਥੋੜੇ ਦਿਨ ਬਾਅਦ ਮੇਰੀ ਅੰਮੀ ਗਈ ਅੰਮੀ ਕਹਿੰਦੀ ਕਿਹੜੇ ਮਾਨਤ ਚੰਨ ਮੈਂ ਕਿਹਾ ਇਹ ਜੀ ਕਹਿੰਦੀ ਹਾਂ ਮੈਂ ਤਾਂ ਕਸਟਰਡ ਪਾ